ਸ੍ਰੀ ਅਕਾਲ ਦੋਸਤੋ, ਸਵਾਗਤ ਹੈ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਤੇ ਮੈਂ ਨਵਨੀਤ ਦੇ ਤੁਹਾਡਾ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਦੇ ਉੱਤੇ। ਤੇ ਸ਼ਾਮ ਦਾ ਟਾਈਮ ਹੈ ਇਸ ਵਕਤ, ਤੇ ਮਿਹਨਤ ਚੱਲ ਰਹੀ ਹੈ ਮਾਂ ਪਿਓ ਦੀ, ਕਿਉਂਕਿ ਕੱਲ੍ਹ ਸਾਡੇ ਮੁੰਡੇ ਦਾ ਫੈਂਸੀ ਡਰੈੱਸ ਹੈ ਅਤੇ ਉਹਨੂੰ ਮਿਲਿਆ ਵੀ ਸਮਰ ਦੇ ਵਿੱਚ ਜਿਹੜੇ ਫਰੂਟਸ ਵਗੈਰਾ ਜਾਂ ਇਨਸੈਕਟਸ ਵਗੈਰਾ ਹੁੰਦੇ ਨੇ ਉਹ ਬਣ ਕੇ ਆਓ। ਸੋ ਮੰਮਾ ਪਾਪਾ ਕੰਮ ਕਰ ਰਹੇ ਨੇ, ਉਹਦੇ ਨੇ ਆਮ ਸਤਿ ਸ਼੍ਰੀ ਅਕਾਲ ਬੁਲਾਉਣਗੇ। ਇਹ ਦੋਵੇਂ ਸਾਨੂੰ ਡਿਸਟਰਬ ਕਰ ਰਹੇ ਨੇ ਕੰਮ ਕਰਨ 'ਚ। ਸਾਡਾ ਇੰਜੀਨੀਅਰ ਸਾਹਿਬ ਦਾ ਕੰਮ ਤੇ ਸਾਡੇ ਜਿਹੜੇ ਮਕੈਨੀਕਲ ਇੰਜੀਨੀਅਰ ਨੇ ਉਹ ਵੇਖੋ ਤੁਸੀਂ ਇਨਵੇਟਰ ਵਗੈਰਾ ਉੱਤੇ ਕੰਮ ਕਰ ਰਹੇ ਨੇ ਇੰਜੀਨੀਅਰ ਸਾਹਿਬ। ਹੈ ਮਜ਼ੇ ਮਜ਼ੇ ਕੀ ਹੁੰਦੇ ਆ ਹੈ? ਕੀ ਬੋਲੇਗਾ ਮੈਂਗੋ ਬਣ ਕੇ ਦਾਦੇ? ਵੇਲਾ ਸ਼ਰਮਾ ਆ ਗਿਆ ਦੱਸਦੇ ਫਿਰ ਬੋਲਿਓ ਤੈਨੂੰ ਗਲਤ ਯਾਦ ਹੋ ਜਾਣਾ ਵਾ। ਕੌਣ ਆਇਆ ਸੀ ਮੇਰਾ ਮੈਂਗੋ? ਕਿੱਦਾਂ ਰਿਹਾ ਮੇਰੇ ਪੋਤਾ ਸਕੂਲ? ਮਾਈਕ ਚ ਬੋਲਿਆ ਸੀ। ਅਰੇ ਵਾਓ ਮੈਮ, ਕੀ ਕਹਿੰਦੇ ਬਿੰਦੀ ਜੋਸ਼ੀ ਮੈਮ? ਹਾਂ ਵਾਓ, ਹਾਂ ਵਾਓ, ਦੋਵੇਂ ਭੈਣ ਭਾ। ਕੀ ਮਿਲਿਆ ਮੌਜ? ਅਰੇ ਵਾਓ, ਸਕੂਲ ਦੇ ਖਾ ਕੇ ਆਇਆ। ਸਾਰਾ ਸੁਣਾਇਆ ਸੀ। ਕਿਹਨੇ ਦਿੱਤਾ ਹੈ ਤੁਹਾਨੂੰ ਗੋਬੋ? ਉੱਚੀ ਬੋਲਿਆ ਸੀ। ਸੋ ਆ ਗਿਆ ਜੀ ਸਾਡਾ ਪਾਰਸਲ ਆਫ ਦਾ ਡੇ, ਪਹਿਲਾ ਨੰਬਰ। ਤੁਹਾਨੂੰ ਪਤਾ ਦਿਹਾੜੀ ਦੇ ਦੋ ਪਾਰਸਲ ਤਾਂ ਪੱਕੇ ਹੁੰਦੇ ਆ। ਸੋ ਖੋਲ ਕੇ ਵੇਹਨੇ ਆ ਇਹ 'ਚ ਕੀ ਆ। ਐਡਰੈਸ ਲਗਾ ਦਿਓ ਮੈਂ। ਬਹੁਤ ਜ਼ੋਰ ਲੱਗਦਾ ਵਾ। ਸੋ ਇਹ ਹੈ ਜੀ ਜੋ ਮੈਂ ਮੰਗਵਾਇਆ ਸੀ, ਰੱਖੜੀ ਐਂਪਰ ਹੈ। ਤੇ ਖੋਲ ਕੇ ਵੀ ਵਿਖਾਉਂਦੀ ਹਾਂ ਤੁਹਾਨੂੰ ਮੈਂ, ਮੌਜ ਆਉਣ ਨੂੰ ਘਰ, ਕਿਉਂਕਿ ਇਹਨਾਂ ਨੂੰ ਵਿਖਾ ਤਾ ਤੇ ਫਿਰ ਬਸ ਕੰਮ ਹੋ ਗਿਆ। ਸੋ ਇਹ ਹੈ ਜੀ BDS ਡੈਕੋਰੇਸ਼ਨ ਜਿਨ੍ਹਾਂ ਕੋਲੋਂ ਮੈਂ ਮੰਗਵਾਏ ਆ, ਤੇ ਬਹੁਤ ਵਧੀਆ ਲੱਗੇ ਮੈਨੂੰ ਤੇ, ਬਹੁਤ ਪਸੰਦ ਆਏ ਦੋਸਤੋ। ਐਂਡ ਬਾਰਿਸ਼ ਹੋ ਰਹੀ ਹੈ, ਬਹੁਤ ਸੋਹਣਾ ਮੌਸਮ ਹੋਇਆ ਪਿਆ। ਐਂ ਗਰਮੀ ਬਹੁਤ ਜ਼ਿਆਦਾ ਸੀਗੀ, ਪਰ ਇਹ ਬਾਰਿਸ਼ ਦਾ ਪੰਗਾ ਇਹ ਆ ਵੀ ਇਹ ਥੋੜ੍ਹਾ ਕੁ ਚਿਰ ਪੈਂਦੀ ਆ ਅਤੇ ਫਿਰ ਹਟ ਜਾਂਦੀ ਆ, ਅਤੇ ਫਿਰ ਜਿਹੜੀ ਭੜਾਸ ਪੈਂਦੀ ਆ ਭਾਈ ਅਤੇ, ਪਰ ਫਿਰ ਵੀ ਚਲੋ ਥੋੜ੍ਹਾ ਜਿਹਾ ਸਾਹ 'ਤੇ ਆਇਆ। ਅਚਾਰ, ਦਾਲ, ਚਾਵਲ, ਚਾਹ ਅਤੇ ਮੀਂਹ। ਸ਼ਾਮ ਨੂੰ ਮੈਂ ਜਾਣਾ ਸੀ ਹੈੱਡ ਵਾਸ਼ ਲਈ, ਜਸ ਮੇਕਓਵਰਸ ਦੇ ਕੈਰੇਟਨ ਕਰਵਾਈ ਸੀ ਸ਼ਾਮ ਨੂੰ ਅਸੀਂ ਗਏ ਹੈੱਡ ਵਾਸ਼ ਦੇ ਲਈ, ਅਤੇ ਵਧੀਆ ਹੋ ਗਏ ਵਾਲ ਵੈਸੇ ਮੇਰੇ ਹੁਣ। ਬਸ ਇਹੋ ਹੀ ਹੋਪ ਆ ਕਿ ਇਹ ਝੜਨਗੇ ਨਹੀਂ, ਕਿਉਂਕਿ ਤੁਹਾਨੂੰ ਪਤਾ ਬਾਰਿਸ਼ ਦੇ ਮੌਸਮ 'ਚ ਵਾਲ ਬਹੁਤ ਜ਼ਿਆਦਾ ਝੜਦੇ ਨੇ। ਆਈ ਹਾਂ ਇੱਥੋਂ ਵੈੱਜ ਸੈਲਡ, ਅਤੇ ਪਤਾ ਨਹੀਂ ਕਿੱਥੇ ਚੱਲ ਗਿਆ ਵਾ, ਕਿੱਧਰ ਗਿਆ ਕਵਲ? ਵੈੱਜਾਂ ਲੈਣ ਚੱਲ ਗਿਆ, ਵੈੱਜਾਂ ਲੈਣ ਚੱਲ ਗਿਆ, ਵੈੱਜਾਂ ਮੁੱਕ ਗਈਆਂ ਲੱਗਦਾ ਉਹਦੀਆਂ। ਬੋਲੋ ਕਿਆ ਹੋਆ ਆਈਬ੍ਰੋਸ, ਕਿਆ ਹੋਆ? ਓਹੋ, ਸਾਡੇ ਮੈਂਗੋ ਦੇ ਉੱਤੇ ਲੀਕਾਂ ਮਾਰਤੀਆਂ ਵਾ। ਈਵਨਿੰਗ ਮੈਂ ਤੇ ਕਵਲ ਗਏ ਸ਼ੋਪਿੰਗ ਕਰਨ ਲਈ, ਬ੍ਰਦਰ ਹੈ ਮੇਰਾ ਬਾਹਰ, ਉਹਦੇ ਲਈ ਥੋੜੇ ਜਿਹੇ ਕੱਪੜੇ ਵੇਖਣੇ ਸੀਗੇ। ਸੋ ਸ਼ਾਮ ਨੂੰ ਅਸੀਂ ਉਧਰ ਚਲੇ ਗਏ। ਆਪਕਾ ਸਟਾਈਲ ਸਟ੍ਰੇਟ ਚਾਹੀਦੇ ਇਹਨਾਂ ਨੂੰ,
ਉਥੋਂ ਫ੍ਰੀ ਹੋ ਕੇ ਮੈਂ ਸ਼ਾਮ ਨੂੰ ਖਾਦਾ 7 ਫੇਸ ਡੋਸਾ। ਸੋ ਇਹ ਸੀ ਇਹ ਵਲੌਗ ਅੱਜ ਵਾਸਤੇ। ਉਮੀਦ ਕਰਦੀ ਹਾਂ ਪਸੰਦ ਆਇਆ ਹੋਊਗਾ। ਚੰਗਾ ਲੱਗਾ ਹੋਵੇ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਤੇ ਪੋਡਕਾਸਟ ਆ ਗਿਆ ਜੀ ਮੁਹਿੰਮ ਰੋਜ਼ ਵਾਸਤੇ ਵੀ ਸਬਸਕ੍ਰਾਈਬ ਕਰ ਦਿਓ। ਸੋ ਪਹਿਲਾ ਐਪੀਸੋਡ ਆ ਗਿਆ ਜੀ, ਲੋਕ ਕਰ ਲਓ ਗੱਲ, ਬਹੁਤ ਹਾਸੇ ਵਾਲਾ ਐਪੀਸੋਡ ਹੈ, ਪੂਰੀ ਫੈਮਿਲੀ ਨਾਲ ਬੈਠ ਕੇ ਵੇਖ ਕੇ ਇੰਜੋਏ ਕਰ ਸਕਦੇ ਹੋ। ਤੇ ਜ਼ਰੂਰ ਉਹਦੇ ਥੱਲੇ ਕਮੈਂਟ ਕਰੋ, ਆਪਣਾ ਸਾਥ ਬਣਾਈ ਰੱਖੋ। ਥੈਂਕ ਯੂ ਦੋਸਤੋ, ਬਾਏ ਬਾਏ, ਮਿਲਦੇ ਹਾਂ ਕੱਲ੍ਹ ਫਿਰ ਇੱਕ ਹੋਰ ਨਵੇਂ ਵਲੌਗ ਦੇ ਵਿੱਚ।